ਸਤਿ ਸ਼੍ਰੀ ਅਕਾਲ ਜੀ ਰਮਨਦੀਪ ਸਿੰਘ ਥਿੰਦ ਦੇ ਯੂਟਿਊਬ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਸੋ ਬੈਲ ਬੋਟਮ ਟਰਾਊਜ਼ਰ ਬੈਲ ਬੋਟਮ ਪੈਂਟਸ ਅੱਜ ਦੇ ਜ਼ਮਾਨੇ ਵਿੱਚ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ। ਆਪਾਂ ਇੱਕ ਵੀਡੀਓ ਪੋਸਟ ਕੀਤੀ ਸੀ ਆਪਣੇ ਯੂਟਿਊਬ ਚੈਨਲ ਦੇ ਉੱਤੇ ਜਿਹਦੇ ਵਿੱਚ ਆਪਾਂ ਬੈਲ ਬੋਟਮ ਟਰਾਊਜ਼ਰ ਦੀਆਂ ਕੁਝ ਟਿਪਸ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਜਿਹਦੇ ਵਿੱਚ ਆਪਾਂ ਕਾਫੀ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਸੀ। ਸੋ ਉਸ ਵੀਡੀਓ ਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਕਮੈਂਟਸ ਥੱਲੇ ਆਏ ਕਿ ਭਾਜੀ ਪੈਂਟ ਤੁਸੀਂ ਪੈਂਟ ਦਾ ਕੱਪੜਾ ਕਿੰਨਾ ਲੈਣਾ, ਕਿੱਥੋਂ ਲੈਂਦੇ ਹੋ, ਕਿੱਥੋਂ ਸਵਾਉਂਦੇ ਹੋ, ਪੈਂਟ ਦਾ ਕੱਪੜਾ ਕਿੰਨਾ ਕੁ ਮੋਟਾ ਹੋਣਾ ਚਾਹੀਦਾ। ਸੋ ਇਹ ਕਾਫੀ ਜ਼ਿਆਦਾ ਮੈਨੂੰ ਕਮੈਂਟਸ ਆਏ। ਸੋ ਆਪਾਂ ਅੱਜ ਉਹਨਾਂ ਜੋ ਲੋਕਾਂ ਦੀਆਂ ਗੱਲਾਂ ਨੇ ਉਹਨਾਂ ਦੇ ਉੱਪਰ ਆਪਾਂ ਅੱਜ ਗੱਲ ਕਰਾਂਗੇ। ਸੋ ਪਹਿਲਾਂ ਜਿਸਨੇ ਇਹ ਵੀਡੀਓ ਦੇਖਣ ਤੋਂ ਪਹਿਲਾਂ ਜਿਸਨੇ ਬੈਲ ਬੋਟਮ ਟਰਾਊਜ਼ਰ ਟਿਪਸ ਪਾਰਟ 1 ਨਹੀਂ ਦੇਖਿਆ ਉਹ ਪਹਿਲਾਂ ਜਾ ਕੇ ਉਸ ਵੀਡੀਓ ਨੂੰ ਦੇਖਣ, ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੋਇਆ ਜੀ, ਤੁਸੀਂ ਪਹਿਲਾਂ ਜਾ ਕੇ ਉਹ ਵੀਡੀਓ ਦੇਖੋ, ਉਸ ਤੋਂ ਬਾਅਦ ਆਹ ਵੀਡੀਓ ਦੇਖਿਓ। ਸੋ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਕਿ ਪੈਂਟ ਦਾ ਕੱਪੜਾ ਕਿੰਨਾ ਲੈਣਾ, ਪੈਂਟ ਦਾ ਕੱਪੜਾ ਕਿੰਨਾ ਲੈਣਾ। ਸੋ ਜਿਹੜਾ ਪਰਫੈਕਟ ਕੱਪੜਾ ਹੁੰਦਾ, ਵੈਸੇ ਜੇ ਤੁਸੀਂ ਕਿਸੇ ਸ਼ੋਪ 'ਤੇ ਜਾਓਗੇ ਉਹਨਾਂ ਨੂੰ ਪਤਾ ਹੁੰਦਾ, ਬਟ ਫਿਰ ਵੀ ਮੈਂ ਤੁਹਾਨੂੰ ਦੱਸਦਾ ਕਿ ਪੈਂਟ ਦਾ ਕੱਪੜਾ ਜਿਹੜਾ ਹੁੰਦਾ ਹੁੰਦਾ ਜੀ 1 ਵੀ ਜਿਹੜਾ ਉਹ ਪਰਫੈਕਟ ਕੱਪੜਾ ਹੁੰਦਾ ਬੈਲ ਬੋਟਮ ਪੈਂਟ ਦੇ ਲਈ। ਜਾਂ ਤੁਸੀਂ ਹੋਰ ਵੀ ਕੋਈ ਜੇ ਸਟ੍ਰੇਟ ਫਿੱਟ ਵੀ ਪੈਂਟ ਸਵਾਉਂਦੇ ਹੋ ਤਾਂ ਵੀ 1 ਵੀ ਕੱਪੜਾ ਜਿਹੜਾ ਉਹ ਸਹੀ ਰਹਿੰਦਾ। ਜੇ ਤੁਸੀਂ ਥੋੜ੍ਹੇ ਜਿਹੇ ਵੱਧ ਕੱਪੜਾ ਲੈਣਾ ਚਾਹੁੰਦੇ ਹੋ ਕਿ ਕਈ ਵਾਰੀ 1 ਵੀ ਘੱਟ ਰਹਿਣਾ ਅਤੇ ਬੰਦੇ ਨੂੰ ਰਹਿ ਹੁੰਦਾ, ਤੁਸੀਂ ਹੱਦ 1-30 ਲੈ ਸਕਦੇ ਹੋ, ਪਰ ਵੈਸੇ 1 ਵੀ ਸਹੀ ਹੁੰਦਾ, ਪਰ ਤੁਸੀਂ 1-30 ਜਿਹੜਾ ਉਹ ਲੈ ਸਕਦੇ ਹੋ। ਨੈਕਸਟ ਗੱਲ ਆ ਜਾਂਦੀ ਕਿ ਕੱਪੜਾ ਕਿਹੜੇ ਬ੍ਰੈਂਡ ਦਾ ਲੈਣਾ। ਕੱਪੜਾ ਤੁਸੀਂ ਕੋਈ ਵੀ ਬ੍ਰੈਂਡ ਹੈ ਜਿਹੜਾ ਚੂਜ਼ ਕਰ ਸਕਦੇ ਹੋ, ਜਿਹੜਾ ਬ੍ਰੈਂਡ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਬ੍ਰੈਂਡ ਦਾ ਕੱਪੜਾ ਲੈ ਸਕਦੇ ਹੋ। ਬਸ ਕੱਪੜਾ ਜਿਹੜਾ ਉਹਦੀ ਜਿਹੜਾ ਸਟੱਫ ਹੈ ਉਹ ਵਧੀਆ ਹੋਣਾ ਚਾਹੀਦਾ, ਬ੍ਰੈਂਡ ਕੋਈ ਵੀ ਹੋਵੇ। ਨੈਕਸਟ ਗੱਲ ਇਹ ਕਿ ਆਪਣਾ ਕੱਪੜਾ ਕਿੰਨੇ ਕੁ ਦਾ ਜਿਹੜਾ ਉਹ ਆਉਂਦਾ। ਸੋ ਇਹ ਡਿਪੈਂਡ ਕਰਦਾ ਜੀ ਤੁਹਾਡੇ ਬ੍ਰੈਂਡ ਦੇ ਉੱਤੇ ਅਤੇ ਕੱਪੜੇ ਦੀ ਕੁਆਲਿਟੀ ਦੇ ਉੱਤੇ। ਜਿੰਨਾ ਵਧੀਆ ਬ੍ਰੈਂਡ ਹੋਊਗਾ ਜਾਂ ਜਿੰਨੀ ਵਧੀਆ ਕੁਆਲਿਟੀ ਹੋਊਗੀ ਕੱਪੜਾ ਦਾ ਜਿਹੜਾ ਪ੍ਰਾਈਜ਼ ਆ ਉਹਨਾਂ ਦਾ ਵੱਧ ਹੋਊਗਾ। ਸੋ ਇਹ ਚੀਜ਼ ਕੱਪੜੇ ਦੇ ਬ੍ਰੈਂਡ ਦੇ ਉੱਤੇ ਅਤੇ ਕੱਪੜੇ ਦੀ ਕੁਆਲਿਟੀ ਦੇ ਉੱਤੇ ਡਿਪੈਂਡ ਕਰਦੀ ਆ। ਬਟ ਜੇ ਆਪਾਂ ਬੇਸਿਕ ਕੱਪੜੇ ਜੇ ਆਪਾਂ ਗੱਲ ਕਰੀਏ ਤਾਂ ਉਹ 400 ਜਾਂ 500 ਦੇ ਵਿੱਚ ਜਿਹੜਾ 1 ਪੈਂਟ ਦਾ ਕੱਪੜਾ ਜਿਹੜਾ 1 ਬੇਸਿਕ ਮਟੀਰੀਅਲ ਹੈ, ਵਧੀਆ ਸਟੱਫ ਉਹ ਆ ਜਾਂਦਾ ਹੈ। ਬਟ ਜਿੰਨਾ ਤੁਸੀਂ ਵਧੀਆ ਬ੍ਰੈਂਡ ਲਓਗੇ ਉਨਾ ਜ਼ਿਆਦਾ ਮਹਿੰਗਾ ਆਊਗਾ। ਸੋ ਇਹ ਚੀਜ਼ ਵੀ ਤੁਹਾਡੇ ਚੋਇਸ ਦੇ ਉੱਪਰ ਡਿਪੈਂਡ ਕਰਦੇ ਆ ਕਿ ਤੁਸੀਂ ਕਿਹੜਾ ਬ੍ਰੈਂਡ ਚੂਜ਼ ਕਰਦੇ ਹੋ, ਕਿਹੜੀ ਕੁਆਲਿਟੀ ਚੂਜ਼ ਕਰਦੇ ਹੋ। ਸੋ ਜੇ ਆਪਾਂ ਨੈਕਸਟ ਗੱਲ ਕਰੀਏ ਕਿ ਕੱਪੜਾ ਆਪਾਂ ਲੈਣਾ ਕਿੱਥੋਂ, ਕੱਪੜਾ ਆਪਾਂ ਜਿੱਥੋਂ ਮਰਜ਼ੀ ਲੈ ਸਕਦੇ ਹਾਂ, ਕੋਈ ਵੀ ਮੋਲ, ਤੁਹਾਡੀ ਲੋਕਲ ਸ਼ੋਪ, ਲੋਕਲ ਸਟੋਰ, ਜਿੱਥੋਂ ਮਰਜ਼ੀ, ਜਿੱਥੋਂ ਤੁਹਾਨੂੰ ਕੱਪੜਾ ਠੀਕ ਰੇਟ 'ਤੇ ਸਹੀ ਪ੍ਰਾਈਸ ਦੇ ਉੱਤੇ ਮਿਲਦਾ ਤੁਸੀਂ ਲੈ ਸਕਦੇ ਹੋ। ਇਹਦੇ 'ਚ ਕੋਈ ਉਹ ਨਹੀਂ ਕਿ ਕੱਪੜਾ ਆਪਾਂ ਉੱਥੋਂ ਲੈਣਾ ਉੱਥੋਂ ਲੈਣਾ, ਜਿੱਥੋਂ ਤੁਹਾਨੂੰ ਕੱਪੜਾ ਠੀਕ ਮਿਲ ਰਿਹਾ ਤੁਸੀਂ ਉੱਥੋਂ ਲੈ ਸਕਦੇ ਹੋ। ਬਟ ਤੁਸੀਂ ਉਹਦੀ ਕੁਆਲਿਟੀ ਅਤੇ ਉਹਦੀ ਜਿਹੜਾ ਪ੍ਰਾਈਜ਼ ਹੈ ਉਹ ਜ਼ਰੂਰ ਚੈੱਕ ਕਰਨਾ ਕਿ ਜੋ ਪ੍ਰਾਈਜ਼ ਹੈ ਉਹ ਕੁਆਲਿਟੀ ਦੇ ਹਿਸਾਬ ਨਾਲ ਠੀਕ ਹੈ ਜਾਂ ਨਹੀਂ, ਇਹ ਤੁਸੀਂ ਜ਼ਰੂਰ ਚੈੱਕ ਕਰਨੀ ਹੈ। ਕਿ ਜੋ ਇੱਕ ਵਾਰ ਮੈਂ ਹੁਣ ਤੁਹਾਨੂੰ ਸ਼ੇਅਰ ਕਰਾਂ ਕਿ ਬੈਲ ਬੋਟਮ ਜਿਹੜੀ ਪੈਂਟ ਹੈ ਉਹਦਾ ਜੋ ਟ੍ਰੈਂਡ ਹੈ ਉਹ ਅੱਜ ਤੋਂ 15-20 ਸਾਲ ਪਹਿਲਾਂ ਵੀ ਕਾਫੀ ਜ਼ਿਆਦਾ ਜੋ ਹੈ ਆਇਆ ਸੀ। ਸੋ ਜੇ ਤੁਹਾਡੇ ਕੋਲ ਕੋਈ ਕੱਪੜਾ ਪੁਰਾਣਾ ਘਰ ਅਵੇਲੇਬਲ ਹੈ ਤਾਂ ਤੁਸੀਂ ਉਹ ਕੱਪੜਾ ਵੀ ਜੋ ਹੈ ਲੈ ਸਕਦੇ ਹੋ, ਕਿਉਂਕਿ ਉਹ ਕੱਪੜਾ ਵੀ ਬੈਲ ਬੋਟਮ ਪੈਂਟ ਲਈ ਸਹੀ ਰਹੂਗਾ। ਸਟੱਫ ਪਹਿਲੇ ਕੱਪੜੇ ਦਾ ਕਾਫੀ ਵਧੀਆ ਹੁੰਦਾ ਸੀ ਕਿਉਂਕਿ ਉਹ ਸਪੈਸ਼ਲ ਬੈਲ ਬੋਟਮ ਪੈਂਟ ਦੇ ਲਈ ਹੀ ਜਿਹੜਾ ਕੱਪੜਾ ਬਣਿਆ ਹੋਇਆ ਸੀ। ਜੇ ਤੁਹਾਡੇ ਕੋਲ ਪੁਰਾਣਾ ਕੱਪੜਾ ਅਵੇਲੇਬਲ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਇਹ ਸੀਗੇ ਜੀ ਕੁਝ ਜੋ ਲੋਕਾਂ ਨੇ ਮੈਨੂੰ ਸਵਾਲ ਕੀਤੇ ਸੀ। ਸੋ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੀ। ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਫਿਰ ਮੈਨੂੰ ਮੇਰੇ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਹੋ। ਮੈਂ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੋਇਆ ਜੀ।